ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਡੇ ਭਰਾ ਅਤੇ ਅਕਾਲੀ ਦਲ ਪਾਰਟੀ ਦੇ ਨੇਤਾ ਇੰਦਰਜੀਤ ਸਿੰਘ ਰੰਧਾਵਾ ਤੇ ਉਹਨਾਂ ਦੇ ਫਰਜ਼ੰਦ ਦੀਪਇੰਦਰ ਸਿੰਘ ਰੰਧਾਵਾ ਸਮੇਤ ਹਲਕਾ ਡੇਰਾ ਬਾਬਾ ਨਾਨਕ ਦੇ ਅਕਾਲੀ ਆਗੂ ਤੇ ਵਰਕਰ ਬਟਾਲਾ ਵਿਖੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਵਧੀਕੀਆਂ ਨੂੰ ਵਿਗਾੜਦੇ ਦਿਖਾਈ ਦਿੱਤੇ। ਮੰਤਰੀ ਦੇ ਵੱਡੇ ਭਰਾ ਨੇ ਮੰਤਰੀ ਸੁਖੀ ਰੰਧਾਵਾ ਨੂੰ ਸ਼ਰੇਆਮ ਵਿਗਾੜਦਿਆਂ ਲੋਕਤੰਤਰੀ ਢੰਗ ਨਾਲ ਲੋਕ ਕਚਹਿਰੀ ਵਿੱਚ ਮੁਕਾਬਲਾ ਕਰਨ ਦੀ ਵੀ ਨਸੀਹਤ ਦਿੱਤੀ ਹੈ ਅਤੇ ਉਹਨਾਂ ਇਲਜ਼ਾਮ ਲਗਾਏ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਹੀ ਨਹੀਂ ਦਾਖਲ ਹੋਣ ਦਿੱਤੇ ਅਤੇ ਉਹ ਆਪਣੇ ਮੰਤਰੀ ਹੋਣ ਨਾਲ ਗਲਤ ਢੰਗ ਨਾਲ ਚੋਣਾਂ ਕਰਵਾ ਰਹੇ ਹਨ। ਇਸ ਦੇ ਨਾਲ ਹੀ ਇੰਦਰਜੀਤ ਸਿੰਘ ਰੰਧਾਵਾ ਨੇ ਆਖਿਆ ਕਿ ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ ਅਪੀਲ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਦੀ ਚੋਣ ਰੱਦ ਕਰ ਦੁਬਾਰਾ ਕਰਵਾਈਆਂ ਜਾਣ। ਕਿ ਸਾਡੀ ਜਿਹੜੀ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਇਲੈਕਸ਼ਨ ਸੀਗੀ, ਉਸ ਇਲੈਕਸ਼ਨ ਨੂੰ ਇਹਨਾਂ ਨੇ ਹੋਣ ਨਹੀਂ ਦਿੱਤੀ, ਨੰਗਾ ਨਾਚ ਕੀਤਾ ਗਿਆ, ਡੈਮੋਕ੍ਰੇਸੀ ਦੇ ਜਿਹੜੀ ਹੈਗੀ ਉਹਦਾ ਗਲਾ ਘੁੱਟਿਆ ਗਿਆ। ਔਰ ਸਾਡੀ ਇਹ ਪਹਿਲਾਂ ਵੀ ਮੈਂ ਉਸ ਦਿਨ ਵੀ ਡਿਮਾਂਡ ਕੀਤੀ ਸੀ, ਹੁਣ ਵੀ ਮੈਂ ਡਿਮਾਂਡ ਕਰਦਾ ਵਾਂ ਕਿ ਇਹਦਾ ਜਿਹੜਾ ਹੈਗਾ ਵਾ ਇਹਨੂੰ ਟੋਟਲ ਜਿਹੜਾ ਹੈਗਾ ਉਹਦਾ ਸਾਨੂੰ ਦੁਬਾਰਾ ਰੀ ਇਲੈਕਸ਼ਨ ਹੋਵੇ ਔਰ ਰੀ ਇਲੈਕਸ਼ਨ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਕਰਕੇ ਅਤੇ ਸਾਨੂੰ ਉਹਦਾ ਇਨਸਾਫ ਦਵਾਇਆ ਜਾਏ। ਸਾਡੇ ਇਲੈਕਸ਼ਨ ਜਿਹੜੇ ਸਾਡਾ ਕੋਈ ਵੀ ਪੇਪਰ ਜਿਹੜਾ ਹੈਗਾ ਸਾਡੇ ਦੇ ਸਾਡੇ ਲੋਕਾਂ ਦਾ ਕਿਸੇ ਦਾ ਸਾਰੇ ਹਲਕੇ ਦੇ ਵਿੱਚ ਕੋਈ 42 ਸਾਡੀਆਂ ਜਿਹੜੀਆਂ ਪੰਚਾਇਤ ਸਮਿਤੀਆਂ ਅਤੇ 5 ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਸ ਨੇ ਉਹਨਾਂ ਦਾ ਕੋਈ ਇੱਥੇ ਇਹਨਾਂ ਨੇ ਐਪਲੀਕੇਸ਼ਨ ਜਿਹੜੀ ਉਹ ਦਾਖਲ ਨਹੀਂ ਹੋਣ ਦਿੱਤੀ। ਤੋ ਇਸ ਕਰਕੇ ਅਸੀਂ ਇਹ ਦੁਬਾਰਾ ਇਸ ਕਰਕੇ ਚਾਹੁੰਦੇ ਜਿਹੜਾ ਇਹ ਹਮਲਾ ਸੀਗਾ ਇਹ ਬਿਲਕੁਲ ਪ੍ਰੀ ਪਲੈਨ ਸੀਗਾ ਜਿਹੜਾ ਸਾਡੇ 'ਤੇ ਹਮਲਾ ਹੋਇਆ ਔਰ ਉਹ ਪ੍ਰੀ ਪਲੈਨ ਸੀਗਾ ਔਰ ਉਸ ਹਮਲੇ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਸੀਗਾ ਉਹਨੂੰ ਇਹਨਾਂ ਨੇ ਆਪਣੇ ਪ੍ਰੀ ਪਲੈਨ ਦੇ ਹਿਸਾਬ ਦੇ ਨਾਲ ਇਸ ਕਰਕੇ ਉਹਨਾਂ ਨੇ ਦੋਵਾਂ ਹਲਕਿਆਂ ਦੇ ਵਿੱਚ ਕਲਾਨੌਰ ਦੇ ਵਿੱਚ ਉਹਦੇ 'ਚੋਂ ਕੀਤਾ। ਸੁਖਜਿੰਦਰ ਸੁਖੀ ਹੋਣੀ ਜਿਹੜਾ ਇੱਥੋਂ ਦਾ ਇਲਾਕੇ ਦਾ MLA ਅਤੇ ਮਿਨਿਸਟਰ ਆ, ਸਾਰਾ ਪ੍ਰੀ ਪਲੈਨ ਨਹੀਂ ਉਹਦੇ ਸਾਰੇ ਪਿੱਛੇ ਸਭ ਕੁਛ ਉਹੀ ਸੀਗਾ ਉਹਦਾ ਹੀ ਸਾਰਾ ਜੋ ਉਸ ਦਿਨ ਈਵਨ ਪਿੰਡ ਵੀ ਬੈਠਾ ਸੀ ਆਪਣੇ ਉਹਦੀ ਜਿਹੜੀ ਅਸਲੀਅਤ ਆ ਉਹ ਸਾਹਮਣੇ ਆ ਗਈ ਅਤੇ ਉਹਦਾ ਜੋ ਕੁਛ ਉਹਨੇ ਬਾਹਰ ਕੀਤਾ ਸੀਗਾ ਕਿ ਮੈਂ 44,000 ਵੋਟ ਦੇ ਉੱਤੇ ਜਿੱਤਿਆ ਵਾਂ ਉਹਦਾ ਇਹ ਸਾਹਮਣੇ ਆ ਜਾਣਾ ਸੀ 44,000 ਵੋਟ ਉਹਦੀ ਉਹਨੂੰ ਪਤਾ ਲੱਗ ਜਾਣਾ ਸੀ। ਇਸ ਕਰਕੇ ਉਹਨੂੰ ਉਸ ਚੀਜ਼ ਨੂੰ ਛੁਪਾਉਣ ਦੇ ਲਈ ਆਪਣੇ ਜਿਹੜੇ ਉਹਨੇ ਲੋਕਾਂ ਦੇ ਉੱਤੇ ਧੱਕੇ ਕੀਤੇ ਉਹਨਾਂ ਛੁਪਾਉਣ ਦੇ ਲਈ ਉਹਨੇ ਇਸ ਚੀਜ਼ ਦੇ ਉੱਤੇ ਇਸ ਗੱਲ ਉਹਨੇ ਕੀਤਾ। ਸਾਡਾ ਸਟੈਪ ਇਹ ਅਗਲਾ ਕਿ ਅਸੀਂ ਸਾਡੀ ਪਾਰਟੀ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਮਿਲੀ ਆ, ਅਸੀਂ ਉਸ ਤੋਂ ਬਾਅਦ ਹਾਈਕੋਰਟ ਦੇ ਵਿੱਚ ਵੀ ਜਾਵਾਂਗੇ ਅਤੇ ਅਸੀਂ ਇਹ ਕਹਾਂਗੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਸ ਹਲਕੇ ਦੇ ਵਿੱਚ ਦੁਬਾਰਾ ਜਿਹੜੀ ਹੈਗੀ ਉਹ ਰੀਇਲੈਕਸ਼ਨ ਹੋਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਬਿਲਕੁਲ ਇਹ ਠੀਕ ਆ ਗੱਲ, ਸਾਨੂੰ ਇਸ 'ਤੇ ਮੈਂ ਇਲੈਕਸ਼ਨ ਕਮਿਸ਼ਨ ਤੋਂ ਇਹ ਮੰਗ ਕਰਦਾ ਵਾਂ ਕਿ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਵੀ ਇਹੋ ਕੁਛ ਹੀ ਹੋਣਾ। ਅਸੀਂ ਤਾਂ ਅੱਗੇ ਹੀ ਜਿਹੜਾ ਹੈਗਾ ਅਸੀਂ ਤਾਂ ਸਦਾ ਹੀ ਬੱਚੇ ਜਿਹੜੀ ਹੈਗੀ ਆ ਉਹ ਬਿਲਕੁਲ ਨਾ ਅਸੀਂ ਕਿਸੇ ਨੂੰ ਵੱਟੇ ਮਾਰਨੇ ਆ ਅਤੇ ਨਾ ਅਸੀਂ ਕਿਸੇ ਕੋਲ ਖਾਣੇ ਆ। ਸਾਡਾ ਕਿਸੇ ਵਰਕਰ ਦਾ ਮਨੋਬਲ ਨਹੀਂ ਹੋਇਆ ਡਿੱਗਿਆ ਹੋਇਆ, ਜੇ ਡਿੱਗਿਆ ਹੁੰਦਾ ਤਾਂ ਇੰਨੇ ਜਿਹੜੇ ਹੈਗੇ ਸੀਗੇ ਉਹਨਾਂ ਨੇ ਖੁੱਲ੍ਹ ਕੇ ਬਾਹਰ ਕਿਉਂ ਆਏ ਅਤੇ ਉਹਨਾਂ ਨੇ ਕਿਉਂ ਇੰਨੇ ਫਾਰਮ ਕਿਉਂ ਭਰੇ। ਜਿਹੜਾ ਜੇ ਕਿਸੇ ਨੇ ਸਾਨੂੰ ਭਾਜੀ ਪਾਈ ਆ ਅਤੇ ਉਹ 31-51 ਦੇ ਨਾਲ ਤਾਂ ਮੈਂ ਕਹੂੰਗਾ, ਮੈਂ ਤਾਂ ਇਹ ਵੀ ਕਹੂੰਗਾ ਵੀ 151 ਦੇ ਨਾਲ ਵਾਪਸ ਕਰਾਂਗੇ, ਇਹਦਾ ਕਿਸੇ ਨੂੰ ਇਹਦੇ ਉੱਤੇ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।